ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਤੁਹਾਡਾ ਸਵਾਗਤ ਹੈ। ਬਹੁਤ ਇੱਕ ਅਹਿਮ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ, ਪੰਜਾਬ ਦੀ ਕਿਸਾਨੀ ਲਈ ਖੇਤੀਬਾੜੀ ਸਾਹਿਤ ਦਾ ਮਹੱਤਵ। ਔਰ ਇਸ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਮੈਡਮ ਜਗਦੀਸ਼ ਕੌਰ, ਜੋ ਅਪਰ ਨਿਰਦੇਸ਼ਕ ਨੇ ਸੰਚਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਔਰ ਇਹ ਸਿੱਧੇ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਕੋਈ ਤੁਹਾਡਾ ਸਵਾਲ ਹੋਵੇ ਜਾਂ ਸੁਝਾਉ ਹੋਵੇ ਤਾਂ ਜ਼ਰੂਰ ਸਾਡੇ ਨਾਲ ਜੁੜੋ। ਖੇਤੀ ਸਾਹਿਤ ਦਾ ਕਿਸਾਨੀ ਦੇ ਉਤਪਾਦਨ ਵਿੱਚ, ਮੰਡੀਕਰਨ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਹੈ। ਔਰ ਆਓ ਗੱਲਬਾਤ ਕਰਦੇ ਹਾਂ। ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ, 0181-282-4061, 0181-282-4064 'ਤੇ ਸਾਡੇ ਨਾਲ ਰਾਬਤਾ ਕਾਇਮ ਕਰੋ। ਸੋ ਮੈਡਮ, ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ, ਸਾਡੇ ਕਿਸਾਨ ਸੁਆਣੀਆਂ ਨੂੰ, ਸਰੋਤਿਆਂ ਨੂੰ ਦੱਸੋ ਕਿ ਖੇਤੀ ਸਾਹਿਤ ਤੋਂ ਕੀ ਭਾਵ ਹੈ। ਸਭ ਤੋਂ ਪਹਿਲਾਂ ਮੇਰਾ ਪਿੰਡ ਮੇਰੇ ਖੇਤ ਦੇ ਦਰਸ਼ਕਾਂ ਨੂੰ, ਕਿਸਾਨ ਵੀਰਾਂ ਨੂੰ, ਬੀਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਲ ਖੇਤੀ ਸਾਹਿਤ ਤੋਂ ਭਾਵ ਦਾ ਹੈ ਡਾਕਟਰ ਰਿਆੜ। ਅਸਲ ਦੇ ਵਿੱਚ ਇਹ ਹੈ ਕਿ ਜਿਵੇਂ ਅਸੀਂ ਵੱਡੇ ਹੋਏ ਹਾਂ, ਸਾਹਿਤ ਪੜ੍ਹ ਪੜ੍ਹ ਕੇ, ਕਵਿਤਾ ਪੜ੍ਹੀ, ਨਾਵਲ ਪੜ੍ਹੇ, ਸੋ ਇਸੇ ਤਰ੍ਹਾਂ ਤੁਹਾਨੂੰ ਬਹੁਤ ਤਰ੍ਹਾਂ ਦਾ ਸਾਹਿਤ ਮਿਲਦਾ। ਸੋ ਜਦੋਂ ਅਸੀਂ ਖੇਤੀ ਦੇ ਖੇਤਰ ਵਿੱਚ ਆਉਂਦੇ ਹਾਂ ਤਾਂ ਉੱਥੇ ਜਿਹੜਾ ਹੈਗਾ ਯੂਨੀਵਰਸਿਟੀ ਜਿਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਕਰਦੀ ਹੈ, ਪੰਜਾਬ ਰਾਜ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਖੇਤੀਬਾੜੀ ਯੂਨੀਵਰਸਿਟੀ, ਸੋ ਯੂਨੀਵਰਸਿਟੀ ਆਪਣੀਆਂ ਖੋਜਾਂ ਤੋਂ ਬਾਅਦ ਜੋ ਸਿਫਾਰਿਸ਼ਾਂ ਕਰਦੀ ਹੈ ਉਹਨੂੰ ਅਸੀਂ ਸਾਹਿਤ ਦਾ ਰੂਪ ਦਿੰਦੇ ਹਾਂ, ਅਤੇ ਉਹ ਜਿਹੜੀਆਂ ਸਿਫਾਰਿਸ਼ਾਂ ਦਾ ਇੱਕ ਵਿਸ਼ੇਸ਼ ਪੈਕੇਜ ਹੈ, ਚਾਹੇ ਉਹ ਫਸਲਾਂ ਦਾ, ਚਾਹੇ ਉਹ ਫਲਾਂ ਦਾ, ਫੁੱਲਾਂ ਦਾ, ਸਬਜ਼ੀਆਂ ਦਾ, ਜੰਗਲਾਤ ਦਾ, ਪੈਕੇਜ ਦੇ ਰੂਪ 'ਚ ਜਦੋਂ ਸਾਡੇ ਉਹ ਕਿਸਾਨ ਵੀਰਾਂ ਤੱਕ, ਕਿਸਾਨੀ ਤੱਕ ਪਹੁੰਚਦਾ ਤਾਂ ਅਸੀਂ ਉਸਨੂੰ ਖੇਤੀ ਸਾਹਿਤ ਦਾ ਨਾਂ ਦਿੰਦੇ ਹਾਂ। ਅਤੇ ਬਹੁਤ ਸਾਰਾ ਅੱਧੀ ਸਦੀ ਤੋਂ ਵੱਧ ਦਾ ਸਫ਼ਰ ਸਾਡਾ ਹੈਗਾ ਜਿਹੜਾ ਕਿ ਖੇਤੀ ਸਾਹਿਤ ਅਸੀਂ ਲਗਾਤਾਰ ਪ੍ਰਕਾਸ਼ਿਤ ਕਰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਅਤੇ ਬਹੁਤ ਸਾਰੇ ਕਿਸਾਨ ਵੀਰ ਇਹਦੇ ਨਾਲ ਲਗਾਤਾਰ ਜੁੜੇ ਵੀ ਹੋਏ ਨੇ। ਸੋ ਮੈਡਮ, ਬਹੁਤ ਵਧੀਆ ਗੱਲ ਹੈ ਕਿ ਖੇਤੀ ਸਾਹਿਤ ਜਿਹੜਾ ਉਹ ਤੁਸੀਂ ਪੰਜਾਬ ਦੇ ਕਿਸਾਨਾਂ ਤੱਕ ਵੱਖ ਵੱਖ ਕੋਨੇ 'ਤੇ ਪਹੁੰਚਾ ਰਹੇ ਹੋ। ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਤਕਰੀਬਨ 11-12 ਲੱਖ ਲੋਕ ਜਿਹੜੇ ਨੇ ਉਹ ਖੇਤੀਬਾੜੀ ਕਰਦੇ ਨੇ, ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਿਛਲੇ ਕਾਫੀ ਸਮੇਂ ਤੋਂ ਇਸ ਕਾਰੋਬਾਰ ਵਿੱਚ ਲੱਗੀ ਹੋਈ ਹੈ ਕਿ ਵਧੀਆ ਵਧੀਆ ਸਿਫਾਰਸ਼ਾਂ ਕਿਸਾਨਾਂ ਨੂੰ ਦੇ ਕੇ ਉਹਨਾਂ ਦੀ ਖੇਤੀ ਖਰਚਾ ਘਟਾ ਕੇ ਅਤੇ ਚੰਗਾ ਮੁਨਾਫਾ ਜਿਹੜਾ ਉਹ ਕਰਵਾਈਏ। ਸੋ ਕਿਸਾਨਾਂ ਤੱਕ ਇਹ ਖੇਤੀ ਸਾਹਿਤ ਜਿਹੜਾ ਹੈ ਉਹਦੇ ਦੁਆਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਜਿਹੜੀਆਂ ਨੇ ਉਹ ਤੁਸੀਂ ਕਿਵੇਂ ਪਹੁੰਚਾਉਂਦੇ ਹੋ? ਬਹੁਤ ਸੋਹਣਾ ਸਵਾਲ ਹੈ ਜੀ ਤੁਹਾਡਾ। ਸਾਡੇ ਕੋਲ ਕਈ ਤਰੀਕੇ ਨੇ। ਪਹਿਲਾਂ ਤਾਂ ਕੁਛ ਸਾਡਾ ਸਾਹਿਤ ਹੈ ਜਿਹੜਾ ਅਸੀਂ ਰੋਜ਼ ਖਬਰਾਂ ਭੇਜਦੇ ਹਾਂ, ਰੋਜ਼ ਦੇ ਅਲਾਰਮ ਨੇ ਕਿਸਾਨ ਲਈ ਕਿ ਇਸ ਤਰ੍ਹਾਂ ਦੀ ਸੁੰਡੀ ਆ ਰਹੀ ਹੈ, ਇਸ ਤਰ੍ਹਾਂ ਦੀ ਬਿਮਾਰੀ ਆ ਰਹੀ ਹੈ, ਇਹਦਾ ਆਪਾਂ ਇਲਾਜ ਕਰਨਾ, ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਜਦੋਂ ਇਹੋ ਜਿਹੇ ਅਚਾਨਕ ਸਾਡੇ ਕੋਲ ਸੰਕੇਤ ਆਉਂਦੇ ਨੇ ਜਿਹੜੇ ਇੱਕਦਮ ਕਿਸਾਨ ਨੂੰ ਦੱਸਣੇ ਜ਼ਰੂਰੀ ਨੇ, ਉਹ ਅਸੀਂ ਖਬਰਾਂ ਦੇ ਰੂਪ 'ਚ ਅਖਬਾਰਾਂ ਨੂੰ, ਟੀਵੀ ਚੈਨਲਸ ਨੂੰ, ਰੇਡੀਓਜ਼ ਨੂੰ ਭੇਜਦੇ ਹਾਂ। ਅਤੇ ਦੂਸਰਾ ਜਿਹੜਾ ਤਰੀਕਾ ਉਹ ਸਾਡੇ ਕੋਲ ਇਹ ਹੈ ਕਿ ਲਗਾਤਾਰ PAU ਵੱਲੋਂ ਸੰਚਾਰ ਕੇਂਦਰ 'ਚ ਇੱਕ ਪਬਲੀਕੇਸ਼ਨ ਯੂਨਿਟ ਆ ਜਿਹਦੇ 'ਚ ਅਸੀਂ ਲਗਾਤਾਰ ਉਸ ਤਰ੍ਹਾਂ ਦਾ ਸਾਹਿਤ ਛਾਪਦੇ ਹਾਂ। ਵੱਖਰੇ ਵੱਖਰੇ ਜਿਹੜੇ ਵਿਗਿਆਨੀ ਨੇ, ਖੇਤੀ ਵਿਗਿਆਨੀ, ਉਹ ਇਸ ਨੂੰ ਤਿਆਰ ਕਰਦੇ ਨੇ। ਸੋ ਇਹ ਜਿਹੜਾ ਸਾਰਾ ਸਾਹਿਤ ਹੈ ਇਸ ਨੂੰ 2-3 ਤਰੀਕਿਆਂ 'ਚ ਅਸੀਂ ਦੇਖ ਸਕਦੇ ਹਾਂ। ਪਹਿਲਾਂ ਜਿਵੇਂ ਮਹੀਨਾਵਾਰ ਚੰਗੀ ਖੇਤੀ ਆ, ਚੰਗੀ ਖੇਤੀ ਹੈ, ਪ੍ਰੋਗਰੈਸਿਵ ਫਾਰਮਿੰਗ ਆ, ਸੋ ਇਹ ਮੰਥਲੀ ਨੇ ਜਿਹੜੇ ਕਿਸਾਨ ਤੱਕ ਹਰ ਮਹੀਨੇ ਮਹੀਨਾ ਚੜ੍ਹਨ ਤੋਂ ਪਹਿਲਾਂ ਪਹੁੰਚ ਜਾਂਦੇ ਆ। ਜੇ ਸਤੰਬਰ ਦਾ ਹੈ ਤਾਂ ਸਤੰਬਰ ਦਾ ਮਤਲਬ ਇਹ ਹੈ ਕਿ ਉਹ 29-30 ਅਗਸਤ ਨੂੰ ਤੁਹਾਡੇ ਕੋਲ ਪਹੁੰਚ ਜਾਏਗਾ ਜਿਹੜਾ ਮੈਗਜ਼ੀਨ ਆ। ਸੋ ਇਸੇ ਤਰ੍ਹਾਂ ਇੱਕ ਹੈ ਕਿ ਛਮਾਹੀ ਮਤਲਬ 6 ਮਹੀਨਿਆਂ ਬਾਅਦ ਤੁਹਾਡੇ ਕੋਲ ਪਹੁੰਚਦਾ। ਇਸ ਤਰ੍ਹਾਂ ਦੇ ਵਿੱਚ ਅਸੀਂ ਉਹ ਪੈਕੇਜ ਜਿਹਨੂੰ ਅਸੀਂ ਸਾਉਣੀ ਦੀਆਂ ਜਾਂ ਹਾੜੀ ਦੀਆਂ ਫਸਲਾਂ ਦੀਆਂ ਸਿਫਾਰਿਸ਼ਾਂ ਅਸੀਂ ਉਹਨੂੰ ਪੈਕੇਜ ਕਹਿੰਦੇ ਹਾਂ, ਪੈਕੇਜ ਆਫ ਪ੍ਰੈਕਟਿਸ। ਸੋ ਇੱਕ ਕਿਤਾਬ ਪ੍ਰਕਾਸ਼ਿਤ ਹੁੰਦੀ ਆ, ਸੋ 20,000 ਤੋਂ ਵੱਧ ਦੇ ਕਰੀਬ ਸਾਡੇ ਕੋਲ ਪਬਲੀਕੇਸ਼ਨ ਹੁੰਦੀ ਆ ਉਹਦੀ, ਅਤੇ ਉਹ ਕਿਸਾਨਾਂ ਦੇ ਵਿੱਚ ਬਹੁਤ ਪਾਪੂਲਰ ਹੈ, ਇਉਂ ਸੰਭਾਲ ਕੇ ਰੱਖਦੇ ਨੇ ਜਿਵੇਂ ਕਿਸੇ ਗ੍ਰੰਥ ਨੂੰ ਸੰਭਾਲਿਆ ਜਾਂਦਾ। ਸੋ ਮੈਂ ਕਹਿਣਾ ਚਾਹੁੰਦੀ ਸੀਗੀ ਕਿ ਹੁੰਗਾਰਾ ਬਹੁਤ ਵੱਡਾ ਹੈ ਕਿਸਾਨ ਦਾ ਸਾਡੇ ਇਸ ਤਰ੍ਹਾਂ ਦੇ ਜਿਹੜੇ ਸਾਹਿਤ ਨੂੰ ਹੈ। ਅਤੇ ਤੀਜਾ ਜਿਹੜਾ ਤਰੀਕਾ ਹੈ ਉਹ ਇਹ ਹੈ ਕਿ ਅਲੱਗ ਅਲੱਗ ਖੇਤਰਾਂ, ਜਿਵੇਂ ਫਲਾਂ ਦਾ ਅਲੱਗ ਖੇਤਰ ਹੈ, ਸਬਜ਼ੀਆਂ ਦਾ ਅਲੱਗ ਖੇਤਰ ਹੈ, ਮਸ਼ੀਨਰੀ ਦਾ, ਹਰ ਇੱਕ ਜਿਹੜੀ ਤਕਨੀਕ ਨੂੰ ਸਮਝਾਉਣ ਲਈ, ਕਾਸ਼ਤ ਦੀ ਤਕਨੀਕ ਹੈ, ਕਿਸੇ ਮਸ਼ੀਨਰੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਉਹਨਾਂ 'ਤੇ ਵਿਸ਼ੇਸ਼ ਅਸੀਂ ਬੁਲੇਟਿਨ ਤਿਆਰ ਕਰਦੇ ਹਾਂ, ਮਾਹਿਰ ਸਾਡੇ ਤਿਆਰ ਕਰਦੇ ਨੇ। ਸੋ ਉਹ ਪ੍ਰਕਾਸ਼ਿਤ ਹੁੰਦੇ ਹੈ ਫਿਰ ਮੇਲਿਆਂ ਦੇ ਉੱਤੇ, ਸਟਾਲਾਂ ਦੇ ਰਾਹੀਂ ਜਾਂ ਉਹ ਡਾਕ ਰਾਹੀਂ ਵੀ ਮੰਗਾ ਲੈਂਦੇ ਨੇ। ਸੋ ਅਲੱਗ ਅਲੱਗ ਤਰੀਕੇ ਨਾਲ ਅਸੀਂ ਕਿਸਾਨਾਂ ਨੂੰ ਪਹੁੰਚਦਾ ਕਰਦੇ ਹਾਂ। ਸਾਡੇ ਜਿਹੜੇ ਖੇਤ ਦਿਵਸ ਨੇ ਉਹਨਾਂ ਦੇ ਉੱਤੇ ਕਿਸਾਨ ਆਉਂਦੇ ਨੇ, ਇਸ ਤਰ੍ਹਾਂ ਦਾ ਫਿਰ ਜਿਹੜਾ ਸਾਹਿਤ ਆ ਉਹਨਾਂ ਤੱਕ ਪਹੁੰਚਦਾ ਰਹਿੰਦਾ। ਸੋ ਮੈਡਮ, ਬਹੁਤ ਚੰਗੀ ਗੱਲ ਹੈ ਕਿ ਖੇਤੀ ਸਾਹਿਤ ਜਿਹੜਾ ਉਹ ਤੁਸੀਂ ਕਿਸਾਨਾਂ ਤੱਕ, ਉਹਨਾਂ ਦੇ ਘਰਾਂ ਤੱਕ ਪਹੁੰਚਾ ਰਹੇ ਹੋ। ਸੋ
ਪਰ ਦੇਖਣ 'ਚ ਆਇਆ ਕਿ ਜ਼ਮਾਨਾ ਤਾਂ ਕਾਫੀ ਬਦਲ ਗਿਆ। ਬਿਲਕੁਲ, ਇਹ ਤਾਂ ਮੰਨਣਾ ਪਵੇਗਾ ਕਿ ਮੀਡੀਆ, ਸੋਸ਼ਲ ਸਾਈਟਾਂ ਅਤੇ ਇਹੋ ਜਿਹੇ ਵਟਸਐਪ ਗਰੁੱਪ 'ਤੇ ਪਤਾ ਨਹੀਂ ਕੀ ਆ ਗਿਆ ਕਿ ਅੱਧੇ ਸਕਿੰਟ ਦੇ ਵਿੱਚ ਜਿਹੜੀ ਖਬਰ ਆ ਉਹ ਵਰਲਡ 'ਚ ਫੈਲ ਜਾਂਦੀ ਹੈ। ਬਿਲਕੁਲ। ਸੋ ਇਸ ਜ਼ਮਾਨੇ ਦੀ ਰਫ਼ਤਾਰ ਨੂੰ ਵੇਖਦੇ ਹੋਏ ਤੁਸੀਂ ਵੀ ਕੋਈ ਆਪਣਾ ਰਫ਼ਤਾਰ ਜਿਹੜੀ ਉਹ ਤੇਜ਼ ਕੀਤੀ ਹੈ ਜਿਹਦੇ ਨਾਲ ਇਨਫੋਰਮੇਸ਼ਨ ਜਿਹੜੀ ਆ, ਜਾਣਕਾਰੀ ਜਿਹੜੀ ਆ, ਖੇਤੀ ਦੀ ਜਾਣਕਾਰੀ ਜਿਹੜੀ ਆ ਉਹ ਕਿਸਾਨਾਂ ਤੱਕ ਬਹੁਤ ਜਲਦੀ ਤੁਸੀਂ ਜਿਹੜੀ ਆ ਉਹ ਪਹੁੰਚਾ ਦਿਓ। ਤੁਸੀਂ ਗੱਲ ਕੀਤੀ ਸੀ ਕਿ ਮਹੀਨਾਵਾਰ ਚੰਗੀ ਖੇਤੀ ਕਿਸਾਨਾਂ ਕੋਲ ਪਹੁੰਚ ਰਹੀ ਹੈ, ਕਿ ਕੋਈ ਇਹੋ ਜਿਹਾ ਸਿਸਟਮ ਹੀ ਬਣਾਇਆ ਕਿ ਤੁਸੀਂ ਹਰ ਹਫ਼ਤੇ ਦਾ ਹੀ ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕ ਦਿਓ ਵੀ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਪਹੁੰਚ ਜਾਵੇ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਡਿਟੇਲ 'ਚ ਦੱਸ। ਡਾਕਟਰ ਸਾਹਿਬ, ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਰਫ਼ਤਾਰ ਸਾਡੇ ਕਿਸਾਨ ਦੀ ਬਹੁਤ ਤੇਜ਼ ਹੈ, ਤਕਨੀਕੀ ਯੁੱਗ ਦੇ ਨਾਲ ਨਾਲ ਉਹਨੇ ਵੀ ਆਪਣੇ ਆਪ ਨੂੰ ਬਦਲਿਆ। ਉਹਦੇ ਹੱਥ 'ਚ ਜਿਹੜੇ ਹੈਗੇ ਨੇ ਜਿਹੜੇ ਸਮਾਰਟਫੋਨ ਨੇ, ਸੋ ਜਿਹੜਾ ਨਵਾਂ ਸੋਸ਼ਲ ਮੀਡੀਆ ਸਾਡੇ ਸਾਹਮਣੇ ਆ ਰਿਹਾ ਉਹ ਇੱਕ ਸੰਚਾਰ ਦਾ ਸਾਡੇ ਕੋਲ ਬਹੁਤ ਵੱਡਾ ਪਾਵਰਫੁੱਲ ਮੀਡੀਆ ਦੇ ਤੌਰ 'ਤੇ ਸਾਹਮਣੇ ਆ ਰਿਹਾ। ਸੋ ਜਦੋਂ ਕਿਸਾਨ ਨੇ ਇਹਨੂੰ ਅਪਣਾਇਆ ਹੋਇਆ ਤਾਂ ਅਸੀਂ ਵੀ ਇਸ ਸੰਚਾਰ ਸਾਧਨ ਨੂੰ ਅਪਣਾਇਆ। ਇਹਦੇ ਵਿੱਚ ਸਾਡੇ ਕੋਲ ਫੇਸਬੁੱਕ ਪੇਜ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਤੁਸੀਂ ਉੱਥੇ ਜੁੜ ਸਕਦੇ ਹੋ। ਸਾਡਾ ਪੋਰਟਲ ਹੈ ਆਪਣਾ PAU ਦਾ, ਜਿਹਦੇ 'ਤੇ ਲਗਾਤਾਰ ਹਰ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਅਸੀਂ ਅਪਡੇਟ ਕਰ ਰਹੇ ਹਾਂ। PAU ਦੀ ਕਿਸਾਨ ਐਪ ਹੈ ਜਿਸ ਨੂੰ ਤੁਸੀਂ ਗੂਗਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਉਹ ਆਈਫੋਨਸ ਲਈ ਵੀ ਹੈ ਅਤੇ ਦੂਜੇ ਫੋਨਸ ਲਈ, ਦੋਨਾਂ ਤਰੀਕਿਆਂ ਦੇ ਜਿਹੜੇ ਸਮਾਰਟਫੋਨਸ ਨੇ ਉਹਨਾਂ ਲਈ ਉਹ ਅਵੇਲੇਬਲ ਆ। ਅਤੇ ਜਿਹੜੀ ਸਭ ਤੋਂ ਗੱਲ ਮੈਂ ਦੱਸਣਾ ਚਾਹੁੰਦੀ ਹਾਂ ਉਹ ਇਹ ਹੈ, ਇਹ ਤਾਂ ਇਹ ਹੈ ਕਿ ਤੁਸੀਂ ਜਦੋਂ ਮਰਜ਼ੀ ਉਹਨੂੰ ਖੋਲ੍ਹੋ ਅਤੇ ਦੇਖ ਲਓ, ਹਰ ਪਲ ਜਾਣਕਾਰੀ ਤੁਹਾਡੇ ਕੋਲ ਹੈ। ਸੋ ਇੱਕ ਤਰੀਕਾ ਅਸੀਂ ਹੋਰ ਜਿਹੜਾ ਬਣਾਇਆ ਉਹ ਹੈ E-ਮੈਗਜ਼ੀਨ। ਅਸੀਂ ਡਿਜੀਟਲ ਅਖਬਾਰ ਕੱਢਦੇ ਹਾਂ ਜੀ, ਖੇਤੀ ਸੰਦੇਸ਼ ਅਸੀਂ ਉਹਦਾ ਨਾਂ ਰੱਖਿਆ ਹੋਇਆ ਯੂਨੀਵਰਸਿਟੀ ਵੱਲੋਂ। ਤੁਸੀਂ ਗੱਲ ਕੀਤੀ ਸੀ ਕਿ 11-12 ਲੱਖ ਸਾਡਾ ਫਾਰਮਰ ਹੈ, ਅਤੇ ਅਸੀਂ ਅੰਦਾਜ਼ਾ ਲਾਇਆ ਜਿਹੜਾ ਹੁਣ ਤੱਕ 7-8 ਲੱਖ ਤੱਕ ਦੀ ਰੀਚ ਖੇਤੀ ਸੰਦੇਸ਼ ਦੀ ਸਾਡੇ ਈ ਜਿਹੜਾ ਅਖਬਾਰ PAU ਦਾ ਹੈਗਾ ਉਹ ਪਹੁੰਚਦਾ। ਇਹ ਵਟਸਐਪ ਦੇ ਰਾਹੀਂ ਪਹੁੰਚਦਾ, ਵਟਸਐਪ ਸਾਡਾ ਇੱਕ ਜ਼ਰੀਆ, ਅਸੀਂ ਉਸਨੂੰ ਜਿਹੜਾ ਹੈਗਾ ਤਿਆਰ ਕਰਦੇ ਹਾਂ PDF ਫਾਈਲ ਦੇ ਵਿੱਚ, 7 ਪੰਨਿਆਂ ਦਾ ਹੁੰਦਾ, ਬੜਾ ਕ੍ਰਿਸਪੀ ਬੁਲਟਸ ਦੇ ਵਿੱਚ ਉਹ ਜਾਣਕਾਰੀ ਹੈ ਕਿਸਾਨ ਦੇ ਹੱਥ 'ਚ ਪਹੁੰਚ ਜਾਂਦੀ ਹੈ ਅਤੇ ਉਹ ਹਮੇਸ਼ਾ ਉਹਦੇ ਕੋਲ ਰਹਿੰਦੀ ਆ। ਜਦੋਂ ਵੀ ਉਹ ਚਾਹੇ ਉਸਨੂੰ ਖੋਲ੍ਹ ਕੇ ਦੇਖ ਸਕਦਾ, ਉਹਦੇ ਵਿੱਚ ਫੋਟੋਗ੍ਰਾਫਸ ਵੀ ਨੇ, ਉਹਦੇ ਵਿੱਚ ਲਿੰਕ ਵੀ ਨੇ, ਉਹਦੇ ਵਿੱਚ ਟੈਕਸਟ ਵੀ ਹੈ, ਮਤਲਬ ਹਰ ਤਰੀਕੇ ਦਾ ਜਿਹੜਾ ਉੱਥੇ ਢੰਗ ਅਸੀਂ ਉਹਦੇ 'ਚ ਅਪਣਾਉਂਦੇ ਹਾਂ। ਅਤੇ ਬਹੁਤ ਵੱਡਾ ਹੁਲਾਰਾ ਸਾਨੂੰ ਕਿਸਾਨਾਂ ਵੱਲੋਂ ਮਿਲਿਆ ਅਤੇ ਕਿਸਾਨ ਉਸ ਨੂੰ ਮਤਲਬ ਉਹਨਾਂ ਵੱਲੋਂ ਸਾਨੂੰ ਬਹੁਤ ਹੱਲਾਸ਼ੇਰੀ ਮਿਲੀ ਆ, ਉਹਨਾਂ ਵੱਲੋਂ ਉਹਦਾ ਸਵਾਗਤ ਬਹੁਤ ਹੋਇਆ। ਸੋ ਇਸ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਇਸ ਹੁੰਗਾਰੇ ਲਈ। ਮੈਡਮ ਸਾਡੇ ਨਾਲ ਕਿਸਾਨ ਭਰਾ ਜੁੜ ਰਹੇ ਨੇ, ਆਓ ਉਹਨਾਂ ਦਾ ਸਵਾਲ ਲੈਂਦੇ ਹਾਂ। ਹੈਲੋ ਸਵਾਗਤ ਹੈ ਪ੍ਰੋਗਰਾਮ ਵਿੱਚ, ਸਵਾਲ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਵਿਸ਼ਾ ਜੀ। ਗੱਲ ਕਰੀਏ ਨਾ ਜੀ ਖੇਤੀ ਸਹਿਤ ਦੀ। ਹਾਂਜੀ, ਖੇਤੀ ਸਹਿਤ ਵਿੱਚ ਸਹਾਇਕ ਧੰਦੇ ਆ ਮੱਛੀ ਪਾਲਣ, ਮੁਰਗੀ ਪਾਲਣ, ਮੱਖੀਆਂ ਪਾਲਣ ਦਾ ਧੰਦਾ, ਇਹਦਾ ਵੀ ਕੋਈ ਸਹਿਤ ਕਿਤਾਬਾਂ ਵਗੈਰਾ ਸਾਜੇ ਵਗੈਰਾ ਛਪਦੇ ਆ? ਜੋ ਛਪਦੇ ਤਾਂ ਕਿੱਥੇ ਛਪਦੇ, ਅਸੀਂ ਕਿੱਥੋਂ ਮੰਗਾ ਸਕਦੇ ਹਾਂ? ਇਹਦੇ ਬਾਰੇ ਕੋਈ ਚੰਦਾ ਵਗੈਰਾ ਵੀ ਲੈ ਜਾਂਦਾ ਜੀ, ਜ਼ਰੂਰ ਦੱਸੋ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਦੂਰੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਮੈਨੂੰ ਲੱਗਦਾ ਸਾਰੇ ਪੰਜਾਬ ਦੇ ਕਿਸਾਨਾਂ ਦਾ ਸਵਾਲ ਤੁਸੀਂ ਕੀਤਾ। ਸੋ ਮੈਡਮ ਬੜਾ ਵਾਜਬ ਸਵਾਲ ਹੈ, ਇਹਦੇ ਨਾਲ ਜਿਵੇਂ ਇਹਨਾਂ ਗੱਲ ਕੀਤੀ ਹੈ ਕਿ ਫਿਸ਼ਰੀ ਬਾਰੇ ਗੱਲ ਕੀਤੀ ਹੈ ਔਰ ਹੋਰ ਕਿਤਾਬਾਂ ਬਾਰੇ ਗੱਲ ਕੀਤੀ ਔਰ ਚੰਦੇ ਦੀ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ, ਮੈਂ ਸਮਝਣਾ ਕਿ ਚੰਗੀ ਖੇਤੀ ਦਾ ਵੀ ਔਰ ਹੋਰ ਜਿਹੜਾ ਖੇਤੀ ਸਾਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਉਹਦੇ ਬਾਰੇ ਵੀ ਔਰ ਦੂਸਰੀ ਜਿਹੜੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਹੈ ਉਹਦੇ ਬਾਰੇ ਵੀ ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰੋ। ਬਿਲਕੁਲ ਜੀ, ਤੁਹਾਡੇ ਸਵਾਲ ਦਾ ਸਵਾਗਤ ਸਾਡੇ ਵੱਲੋਂ। ਅਤੇ ਮੈਂ ਦੱਸਣਾ ਇਹ ਚਾਹੁੰਦੀ ਹਾਂ ਕਿ ਵਾਕਈ ਜਿਹੜੇ ਸਾਡੇ ਖੇਤੀ ਨਾਲ ਸਹਾਇਕ ਧੰਦੇ ਨੇ ਡਾਕਟਰ ਸਾਹਿਬ, ਉਹਦੇ ਵਿੱਚ ਕੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਜਿਹੜੇ ਬੁਲੇਟਿਨ ਉਸ ਤਰ੍ਹਾਂ ਦੇ ਵੀ ਤਿਆਰ ਕਰਦੇ ਹਾਂ। ਤੁਸੀਂ ਖੁੰਬਾਂ ਦੀ ਖੇਤੀ ਬਾਰੇ ਸਾਡਾ ਇੱਕ ਬੁਲੇਟਿਨ ਆ ਉਹ ਲੈ ਸਕਦੇ ਹੋ, ਜੇ ਤੁਸੀਂ ਸ਼ਹਿਦ ਮੱਖੀ ਪਾਲਣ ਹੈ ਉਹਦੇ ਬਾਰੇ ਕਿਤਾਬ ਹੈ ਉਸ ਤਰ੍ਹਾਂ ਦੀ ਲੈ ਸਕਦੇ। ਜਿਸ ਤਰ੍ਹਾਂ ਦਾ ਵੀ ਸਹਾਇਕ ਧੰਦੇ ਨਾਲ ਤੁਸੀਂ ਜੁੜੇ ਹੋਏ ਹੋ ਉਸ ਤਰ੍ਹਾਂ ਦਾ ਅਸੀਂ ਬੁਲੇਟਿਨ ਇੱਕ ਪੈਕੇਜ ਦੇ ਰੂਪ 'ਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਤੁਹਾਡੀ ਮੰਗ ਅਨੁਸਾਰ ਅਸੀਂ ਲਗਾਤਾਰ ਉਸਨੂੰ ਨਵਿਆਉਂਦੇ ਰਹਿੰਦੇ ਹਾਂ ਅਤੇ ਨਵੇਂ ਬੁਲੇਟਿਨ ਤਿਆਰ ਕਰਦੇ ਰਹਿੰਦੇ ਹਾਂ, ਬਲਕਿ ਤੁਸੀਂ ਸਾਨੂੰ ਆਪਣੀ ਜ਼ਰੂਰਤ ਜ਼ਰੂਰ ਜਾਣੂ ਕਰਾਉਂਦੇ ਰਿਹਾ ਕਰੋ। ਦੂਜੀ ਗੱਲ ਇਹ ਕਿ ਤੁਸੀਂ ਚੰਦਿਆਂ ਦੀ ਗੱਲ ਕਰ ਰਹੇ ਸੀ, ਜਿਹੜਾ ਚੰਗੀ ਖੇਤੀ ਹੈ ਮੇਰੇ ਹੱਥ 'ਚ ਹੈ, ਇਹ ਐਕਚੁਲੀ ਸਤੰਬਰ ਇਸ਼ੂ ਹੈ ਜਿਹਦੇ ਵਿੱਚ ਅਸੀਂ ਮੇਲਿਆਂ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਭੇਜੀਆਂ ਨੇ। ਸੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਮੈਗਜ਼ੀਨ ਹੈ ਇਹ ਇੱਕ ਕਾਪੀ ਸਾਡੀ ਜਿਹੜੀ 20 ਰੁਪਏ ਦੀ ਹੈ, ਜੇ ਤੁਸੀਂ ਪੂਰਾ ਸਾਲ ਦਾ ਚੰਦਾ ਭਰਦੇ ਹੋ ਇਹ 200 ਰੁਪਏ ਦਾ, ਜੇ ਇਸ ਦਾ ਤੁਸੀਂ 2 ਸਾਲ ਦਾ ਭਰਦੇ ਹੋ ਤਾਂ ਜਿਹੜਾ 5 ਸਾਲ ਦਾ ਜੀ ਉਹ 800 ਰੁਪਏ ਦਾ, ਜੇ ਤੁਸੀਂ ਇਹਨੂੰ 10 ਸਾਲ ਲਈ ਭਰਦੇ ਹੋ ਤਾਂ 1000 ਰੁਪਏ ਦੇ ਵਿੱਚ ਇਹ ਤੁਹਾਨੂੰ ਕਾਪੀ ਪਹੁੰਚਦੀ ਰਹਿੰਦੀ ਹੈ। ਸੋ ਇਹ ਇੱਕ ਪੂਰੀ ਪੈਕੇਜ ਹੁੰਦੀ ਹੈ ਕਿ ਤੁਸੀਂ ਇੱਕ ਮਹੀਨਾ ਪਹਿਲਾਂ ਪਹੁੰਚ ਜਾਂਦੀ ਹੈ ਤੁਹਾਡੇ ਕੋਲ। ਸੋ
ਤੁਸੀਂ ਅਗਲੇ ਮਹੀਨੇ ਕੀ ਕਰਨਾ ਜੇ ਤੁਹਾਡੇ ਕੋਲ ਸਤੰਬਰ ਦਾ ਪਹੁੰਚਿਆ ਤਾਂ ਖੇਤੀ ਰੁਝੇ ਮੇ ਦੇ ਚ ਅਕਤੂਬਰ ਦੇ ਹੋਣਗੇ ਤਾਂ ਕਿ ਤੁਸੀਂ ਇੱਕ ਮਹੀਨਾ ਪਹਿਲਾਂ ਤਿਆਰੀ ਕਰ ਸਕੋ ਕਿ ਤੁਸੀਂ ਅਗਲੇ ਮਹੀਨੇ ਤੁਹਾਨੂੰ ਕਿਹੜੇ ਸੰਦ ਚਾਹੀਦੇ ਨੇ ਕਿਹੜੀ ਖਾਦ ਖਰੀਦ ਕੇ ਰੱਖਣੀ ਹੈ ਪਾਣੀ ਕਿੰਨਾ ਲਾਉਣਾ ਸੋ ਤਾਂ ਕਿ ਜੇ ਤੁਹਾਡਾ ਕੋਈ ਸਵਾਲ ਵੀ ਹੈ ਤਾਂ ਉਸ ਦੌਰਾਨ ਤੁਸੀਂ ਆਪਣੇ ਮਾਹਿਰਾਂ ਨੂੰ ਖੇਤੀ ਮਾਹਿਰਾਂ ਨੂੰ ਪੁੱਛ ਸਕੋ ਤਾਂ ਕਿ ਤੁਹਾਡੀ ਤਿਆਰੀ ਪੂਰੀ ਰਹੇ ਕਿ ਅਗਲੇ ਮਹੀਨੇ ਅਸੀਂ ਆਹ ਕੰਮ ਵਿਉਂਤਣਾ ਤੁਹਾਡੀ ਪੂਰੀ ਵਿਉਂਤਬੰਦੀ ਹੁੰਦੀ ਹੈ ਅਗਲੇ ਮਹੀਨੇ ਦੀ ਇਹਨਾਂ ਜਿਹੜੇ ਖੇਤੀ ਸਾਡੀ ਚੰਗੀ ਖੇਤੀ ਹੈ ਇਸ ਨੂੰ ਵਿਉਂਤੇ ਇੱਦਾਂ ਜਾਂਦਾ ਸੋ ਇੱਕ ਮਹੀਨੇ ਪਹਿਲਾਂ ਅਗਾਊਂ ਵਿਉਂਤਿਆ ਜਾਂਦਾ ਉਸਨੂੰ ਸੋ ਮੈਡਮ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਹੋਰ ਜਿਹੜੇ ਸਹਾਇਕ ਧੰਦਿਆਂ ਦੀ ਗੱਲ ਕੀਤੀ ਕਿ ਮੱਛੀ ਪਾਲਣ ਜਾਂ ਹੋਰ ਬੱਕਰੀ ਪਾਲਣ ਕਿ ਉਹਦੀਆਂ ਕਿਤਾਬਾਂ ਵੀ ਤੁਸੀਂ ਛਾਪਦੇ ਹੋ ਅਤੇ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਕਿ ਉਹ ਕੌਣ ਛਾਪਦਾ ਔਰ ਉਹ ਜਿਹੜਾ ਹੁਣ ਸਾਡਾ ਤੁਸੀਂ ਜਿਵੇਂ ਗੱਲ ਕੀਤੀ ਕਿਸਾਨ ਮੇਲਾ ਆ ਰਿਹਾ ਕਿ ਉਹਦੇ ਵਿੱਚ ਵੀ ਇਹ ਸਾਡੇ ਕਿਸਾਨ ਭਰਾ ਉਹ ਕਿਤਾਬਾਂ ਲੈ ਸਕਦੇ ਨੇ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਬਿਲਕੁਲ ਜੀ ਇਹ ਜਿਹੜੀਆਂ ਕਿਤਾਬਾਂ ਨੇ ਤੁਸੀਂ ਆਉਣ ਵਾਲੇ ਕਿਸਾਨ ਮੇਲਿਆਂ ਅਤੇ ਕਿਸਾਨ ਮੇਲਾ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੁਸੀਂ ਕਿਸਾਨ ਮੇਲਿਆਂ 'ਤੇ ਜ਼ਰੂਰ ਜਾਣਾ ਵੱਡਾ ਮੇਲਾ ਸਾਡਾ 20-21 ਸਤੰਬਰ ਦਾ ਹੈ ਤੁਸੀਂ ਉੱਥੇ ਆਓਗੇ ਉੱਥੇ ਤੁਹਾਨੂੰ 3-4 ਥਾਂ 'ਤੇ ਵੱਡੀਆਂ ਸਟਾਲਸ ਜਿਹੜੀਆਂ ਕਿਤਾਬਾਂ ਦੀਆਂ ਮਿਲਣਗੀਆਂ ਉੱਥੇ ਤੁਹਾਡੀ ਲੋੜ ਮੁਤਾਬਕ ਹਰ ਤਰ੍ਹਾਂ ਦੀ ਕਿਤਾਬ ਮਿਲੇਗੀ ਮੰਨ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹ ਕਿਤਾਬ ਚਾਹੀਦੀ ਹੈ ਅਤੇ ਨਹੀਂ ਮਿਲੀ ਸਾਨੂੰ ਆਪਣੀ ਫੀਡਬੈਕ ਦੇ ਕੇ ਜਾਓ ਤਾਂ ਕਿ ਤੁਹਾਡੇ ਅਗਲੇ ਮੇਲੇ ਤੱਕ ਤੁਹਾਨੂੰ ਕਿਤਾਬ ਜ਼ਰੂਰ ਮਿਲੇ ਸੋ ਅਸੀਂ ਆਪਣੀ ਇਹ ਜਿਹੜੀ ਲੋੜ ਆ ਆਪਣੀ ਕਮੇਟੀ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਉਹ ਕਮੇਟੀ ਇਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਕਿ ਹਾਂ ਕਿਸਾਨ ਦੀ ਹੁਣ ਇਹ ਲੋੜ ਹੈ ਸੋ ਸਾਨੂੰ ਇਸ ਤਰ੍ਹਾਂ ਦੀ ਕਿਤਾਬ ਤਿਆਰ ਕਰਨੀ ਹੈ ਸੋ ਉਹ ਫਿਰ ਪ੍ਰੋਸੈਸ 'ਚ ਆ ਜਾਂਦੀ ਹੈ ਕਿ ਇੱਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਉਸ ਕਿਤਾਬ ਨੂੰ ਤਿਆਰ ਕਰਨ ਦੀ ਸੋ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਮੈਡਮ ਜਿੰਨੀਆਂ ਕੋਸ਼ਿਸ਼ਾਂ ਆਪਾਂ ਸਾਰੇ ਹੀ ਖੇਤੀ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਕਰ ਰਹੇ ਇੱਕ ਬੜੀ ਵਧੀਆ ਤੁਸੀਂ ਗੱਲ ਕੀਤੀ ਕਿਸਾਨ ਐਪ ਦੀ ਮੈਨੂੰ ਲੱਗਦਾ ਬੜੀਆਂ ਐਪਸ ਸਾਡੇ ਮੋਬਾਈਲਾਂ 'ਤੇ ਆਉਂਦੀਆਂ ਨੇ ਇਹ ਲੋਡ ਕਰ ਲਓ ਉਹ ਕਰ ਲਓ ਅਤੇ ਕਿਸਾਨ ਐਪ ਬਹੁਤ ਵਧੀਆ ਚੀਜ਼ ਹੈ ਸੋ ਸਾਡੇ ਨਾਲ ਇੱਕ ਹੋਰ ਕਿਸਾਨ ਭਰਾ ਜੁੜ ਰਹੇ ਨੇ ਉਹਨਾਂ ਦਾ ਸਵਾਲ ਲੈਂਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਸਵਾਲ ਕਰੋ ਜੀ ਹਾਂਜੀ ਸਰ ਜੀ ਮੈਂ ਪ੍ਰਵੀਰ ਸਿੰਘ ਮਿਆਣੀ ਤੋਂ ਬੋਲ ਰਿਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਵਾਗਤ ਹੈ ਜੀ ਹਾਂਜੀ ਸਾਹਿਤ ਦੀ ਤਾਂ ਸਰ ਜੀ ਕੋਈ ਕਮੀ ਨਹੀਂ ਪਰ ਜਿੱਦਾਂ ਮਤਲਬ ਡਿਵੈਲਪਮੈਂਟ ਹੋ ਰਹੀ ਹੈ ਉਦਾਂ ਉਦਾਂ ਕੀੜਿਆਂ ਦੀ ਡਿਵੈਲਪਮੈਂਟ ਵੀ ਬੜੀ ਹੋ ਰਹੀ ਹਾਂਜੀ ਤੇ ਮਤਲਬ ਇਹਦੇ ਉੱਤੇ ਮਤਲਬ ਪਤਾ ਨਹੀਂ ਲੱਗਦਾ ਵੀ ਕਿਹੜੀ ਦਵਾਈ ਪਾਉਣੀ ਹੈ ਕਿਹੜਾ ਕੀੜਾ ਮਤਲਬ ਉਹਦੀਆਂ ਮਤਲਬ ਫੋਟੋ ਵੀ ਨਾਲ ਮਤਲਬ ਹੋਣ ਤੇ ਦੈਟ ਵਿਲ ਬੀ ਮੋਰ ਯੂਜ਼ਫੁਲ ਸੋ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਮੈਡਮ ਕੋਈ ਇਹੋ ਜਿਹੀ ਬੁੱਕ ਵੀ ਤੁਸੀਂ ਕੀੜਿਆਂ ਔਰ ਬਿਮਾਰੀਆਂ 'ਤੇ ਵਿਸ਼ੇਸ਼ ਤੌਰ 'ਤੇ ਜਿਹਦੇ ਵਿੱਚ ਨਾ ਕਲਰਡ ਫੋਟੋਆਂ ਹੋਣ ਮਤਲਬ ਜਿਹੜੀ ਵੀ ਕੋਈ ਕੀੜਾ ਮਕੌੜਾ ਹੈ ਉਹਦੀ ਨਾਲ ਫੋਟੋ ਹੋਵੇ ਸਾਡਾ ਕਿਸਾਨ ਭਰਾ ਜਾਵੇ ਕਿਤਾਬ ਲੈ ਕੇ ਖੇਤ ਦੇ ਵਿੱਚ ਚਲੇ ਜਾਵੇ ਉੱਥੇ ਉਹ ਫੋਟੋ ਦੇਖੇ ਉਹਦੇ ਨਾਲ ਮਿਲਦੀ ਆ ਅਤੇ ਉੱਥੇ ਤੁਸੀਂ ਦਵਾਈ ਲਿਖੀ ਹੋਵੇ ਕੋਈ ਇਹੋ ਜਿਹੀ ਕਿਤਾਬ ਵੀ ਤੁਸੀਂ ਛਾਪੀ ਹੈ ਜੀ ਬਿਲਕੁਲ ਜੀ ਦੋ ਕਿਤਾਬਾਂ ਨੇ ਪਹਿਲੀ ਕਿਤਾਬ ਹੈਗੀ ਹੈ ਮੁੱਖ ਫਸਲਾਂ ਦੀਆਂ ਖੇਤੀ ਸਮੱਸਿਆਵਾਂ ਉਹਦੇ 'ਚ ਰੰਗਦਾਰ ਵੱਡੀ ਫੋਟੋ ਹੈ ਚਾਹੇ ਉਹ ਤੁਹਾਡੀ ਬਿਮਾਰੀ ਦੀ ਹੈ ਜਿਹੜੀ ਜੋ ਵੀ ਫਸਲ ਨੂੰ ਬਿਮਾਰੀ ਆਈ ਹੋਈ ਹੈ ਜਾਂ ਉਹ ਕੋਈ ਕੀੜਾ ਹੈ ਕੀੜੇ ਦੀ ਸ਼ਕਲ ਦਿਖਾਈ ਗਈ ਹੈ ਕਿ ਪਛਾਣਨ ਲਈ ਤੁਸੀਂ ਉਹਨੂੰ ਪਛਾਣ ਸਕੋ ਨਿਸ਼ਾਨਦੇਹੀ ਕਰ ਸਕੋ ਕਿ ਹਾਂ ਇਹ ਕੀੜਾ ਉਹੀ ਆ ਸੋ ਉਹਦੇ ਨਾਲ ਫਿਰ ਉਹਦਾ ਇਲਾਜ ਵੀ ਦੱਸਿਆ ਕਿ ਆਪਾਂ ਨੇ ਉਸਨੂੰ ਠੀਕ ਕਿਵੇਂ ਕਰਨਾ ਉਹ ਕਿਹੜੀ ਦਵਾਈ ਪਾਉਣੀ ਆ ਜਾਂ ਕੀ ਅਹਿਤਿਆਤ ਰੱਖਣੀ ਹੈ ਸਰਵੇਖਣ ਕਿਵੇਂ ਕਰਨਾ ਉਹਦੀ ਪਛਾਣ ਕਿਵੇਂ ਕਰਨੀ ਹੈ ਦਵਾਈ ਪਾਉਣੀ ਕਦੋਂ ਹੈ ਕਿੰਨੀ ਪਾਉਣੀ ਆ ਸੋ ਸਹੀ ਸਮਾਂ ਕੀ ਹੈ ਸਹੀ ਮਾਤਰਾ ਕੀ ਹੈ ਇਹ ਕਿਤਾਬ ਹੈਗੀ ਹੈ ਫਸਲਾਂ ਦੀਆਂ ਮੁੱਖ ਸਮੱਸਿਆਵਾਂ ਇਹ ਤੋਂ ਬਿਨਾਂ ਇੱਕ ਹੋਰ ਵੱਡੀ ਕਿਤਾਬ ਹੈ ਉਹ ਹੈਗੀ ਹੈ ਜੀ ਸਬਜ਼ੀਆਂ ਦੀ ਕਾਸ਼ਤ ਲਈ ਮੁੱਖ ਸਮੱਸਿਆਵਾਂ ਉਹ ਕਿਤਾਬ ਸਬਜ਼ੀਆਂ ਬਾਰੇ ਆ ਮਤਲਬ ਸਬਜ਼ੀਆਂ ਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਦੇ ਕੀੜੇ ਮਕੌੜੇ ਆਉਂਦੇ ਨੇ ਉਹ ਬਿਮਾਰੀਆਂ ਉਹਨਾਂ ਕੀੜੇ ਮਕੌੜਿਆਂ ਦੇ ਸੰਬੰਧ 'ਚ ਹੈ ਤੁਸੀਂ ਜੇ ਉਹ ਕਿਤਾਬ ਰੰਗਦਾਰ ਹੈ ਜੇ ਖਰੀਦ ਕੇ ਆਪਣੇ ਕੋਲ ਰੱਖੋਗੇ ਜ਼ਰੂਰ ਲਾਹੇਵੰਦ ਹੋਏਗੀ ਸੋ ਮੈਡਮ ਜਿਵੇਂ ਸਾਡੇ ਕਿਸਾਨ ਭਰਾ ਜਿਹੜੇ ਨੇ ਉਹ ਵੀ ਵਾਕਈ ਬੜੀ ਉੱਚੀ ਸੋਚ ਦੇ ਮਾਲਕ ਬਣਦੇ ਜਾ ਰਹੇ ਨੇ ਔਰ ਨਾਲ ਨਾਲ ਨਾ ਉਹ ਵੀ ਜ਼ਮਾਨੇ ਦੇ ਨਾਲ ਬੜੇ ਦੀ ਚਾਲ ਚੱਲ ਰਹੇ ਨੇ ਸੋ ਤੁਸੀਂ ਗੱਲ ਕੀਤੀ ਸੀ ਕਿਸਾਨ ਐਪ ਦੀ ਜਿਹੜੀ ਕਿ ਹਰ ਇੱਕ ਕਿਸਾਨ ਕੋਲ ਮੋਬਾਈਲ ਹੈ ਅੱਜ ਕੱਲ੍ਹ ਉਹਦੇ ਉੱਤੇ ਦੇਖ ਸਕਦਾ ਇਸ ਕਿਸਾਨ ਐਪ ਜਿਹੜੀ ਆ ਉਹਨੂੰ ਸਾਡਾ ਕਿਸਾਨ ਭਰਾ ਕਿਵੇਂ ਉਹਦੇ ਉੱਤੇ ਡਾਊਨਲੋਡ ਕਰ ਸਕਦਾ ਹੈ ਔਰ ਕਿਹੜੀ ਕਿਹੜੀ ਜਾਣਕਾਰੀ ਤੁਸੀਂ ਐਪ ਦੇ ਉੱਤੇ ਦਿੱਤੀ ਹੋਈ ਹੈ ਤਾਂ ਕਿ ਜੇ ਉਹ ਐਪ ਹੀ ਇਹੋ ਜਿਹੀ ਆ ਗਈ ਜਿਹਦੇ ਵਿੱਚ ਤੁਸੀਂ ਕੀੜੇ ਮਕੌੜੇ ਸਾਰਾ ਕੁਛ ਦਿੱਤਾ ਅਤੇ ਮੈਨੂੰ ਲੱਗਦਾ ਹੈ ਕਿ ਇਹਦੇ ਨੂੰ ਵੱਡਾ ਸੋਸ਼ਲ ਮੀਡੀਆ ਤੁਸੀਂ ਜਿਹੜਾ ਕਿਸਾਨਾਂ ਨੂੰ ਦਿੱਤਾ ਇੱਕ ਵਰਦਾਨ ਹੋਊਗਾ ਬਿਲਕੁਲ ਡਾਕਟਰ ਸਾਹਿਬ ਜਿਹੜੀ ਐਪ ਹੈ ਉਹ ਤੁਹਾਡੀ ਮੁੱਠੀ ਦੇ ਵਿੱਚ ਯੂਨੀਵਰਸਿਟੀ ਦੀ ਸਮੁੱਚੀ ਜਾਣਕਾਰੀ ਹੈ ਇੱਕ ਤਰੀਕੇ ਦੀ ਜਦੋਂ ਤੁਸੀਂ ਗੂਗਲ ਸਟੋਰ ਤੋਂ ਐਪ ਸਟੋਰ ਤੋਂ ਉਹਨੂੰ ਡਾਊਨਲੋਡ ਕਰ ਲੈਂਦੇ ਹੋ PAU ਕਿਸਾਨ ਐਪ ਉਸ ਦਾ ਨਾਂ ਹੈ
ਜਦੋਂ ਤੁਸੀਂ ਉਹਨੂੰ ਡਾਊਨਲੋਡ ਕਰ ਲੈਂਦੇ ਹੋ ਤਾਂ ਉਹ ਅਲੱਗ ਅਲੱਗ ਬਲੌਕਸ ਦੇਖਣਗੇ ਤੁਹਾਨੂੰ। ਤੁਸੀਂ ਕਿਹੜੀ ਫਸਲ ਬਾਰੇ ਜਾਣਨਾ ਚਾਹੁੰਦੇ ਹੋ, ਉਸ ਫਸਲ ਦੀ ਕੋਈ ਬਿਮਾਰੀ ਬਾਰੇ ਜਾਣਨਾ ਚਾਹੁੰਦੇ ਹੋ, ਜਾਂ ਉਸ ਫਸਲ ਦੇ ਕਿਸੇ ਮਤਲਬ ਹਰ ਤਰ੍ਹਾਂ ਦੀ ਆਪਸ਼ਨ ਤੁਹਾਨੂੰ ਉਹਦੇ 'ਚ ਮਿਲਦੀ ਜਾਏਗੀ। ਸੋ ਤੁਸੀਂ ਆਪਣੀ ਜਿਹੜੀ ਤੁਸੀਂ ਕੀ ਜਾਣਨਾ ਚਾਹੁੰਦੇ ਹੋ, ਤੁਹਾਡਾ ਸਵਾਲ ਨੂੰ ਤੱਕ ਪਹੁੰਚਣ ਲਈ ਤੁਹਾਨੂੰ ਆਪੇ ਸੇਧ ਦਿੰਦੀ ਹੈ। ਇਹ ਹੈ ਕਿ ਜੇ ਬਿਮਾਰੀਆਂ ਨੇ ਜਾਂ ਕੀੜੇ ਮਕੌੜਿਆਂ ਬਾਰੇ ਆ, ਬਲਕਿ ਉਸ ਕਿਸਾਨ ਐਪ ਰਾਹੀਂ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਅਗਲੀਆਂ ਟ੍ਰੇਨਿੰਗ ਕਿਹੜੀਆਂ ਲੱਗਣੀਆਂ ਨੇ, ਕਿੱਥੇ ਲੱਗਣੀਆਂ ਨੇ। ਇਸ ਪੂਰੀ ਦੀ ਪੂਰੀ ਜਿਹੜੀ ਪੈਕੇਜ ਹੈ ਕਿਸੇ ਫਸਲ ਦੀ, ਉਹ ਉੱਥੇ ਪਈ ਹੁੰਦੀ ਆ ਕਿ ਤੁਸੀਂ ਕਿਹੜੇ ਕੰਮ ਤੋਂ ਬਾਅਦ ਕਿਹੜਾ ਕੰਮ ਵਿਉਂਤਣਾ, ਜਾਂ ਉਹਦੇ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਲੋੜਾਂ ਨੇ, ਜੇ ਤੁਹਾਡਾ ਮਸਲਾ ਹੈ ਤਾਂ ਤੁਸੀਂ ਕਿਹਨੂੰ ਸੰਪਰਕ ਕਰਨਾ, ਹਰ ਤਰ੍ਹਾਂ ਦੀ ਇਨਫੋਰਮੇਸ਼ਨ ਉਸ ਕਿਸਾਨ ਐਪ 'ਚੋਂ ਤੁਹਾਨੂੰ ਮਿਲ ਸਕਦੀ ਹੈ। ਉਹ ਤੁਹਾ ਸਾਡੇ ਨਾਲ ਲਗਾਤਾਰ 24 ਘੰਟੇ ਸਿੱਧੇ ਜੁੜੇ ਰਹਿਣ ਦਾ ਇੱਕ ਸਭ ਤੋਂ ਵਧੀਆ ਤਰੀਕਾ। ਸੋ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਤੁਸੀਂ ਮੈਡਮ ਸਾਂਝੀ ਕਰ ਰਹੇ ਹੋ ਕਿਸਾਨ ਐਪ ਦੁਆਰਾ, ਕਿਉਂਕਿ ਸਾਡੇ ਕਿਸਾਨ ਭਰਾ ਵੀ ਇਹਦਾ ਪੂਰਾ ਪੂਰਾ ਮੈਨੂੰ ਲੱਗਦਾ ਕਿ ਫਾਇਦਾ ਲੈਣਗੇ, ਜਿਵੇਂ ਆਪਾਂ ਗੱਲਬਾਤ ਕੀਤੀ ਹੈ। ਸੋ ਮੈਡਮ ਹੁਣ ਗੱਲ ਇਹ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਯੋਗਦਾਨ ਜਿਹੜਾ ਹੈ ਉਹ ਨਾ ਭੁਲਾਉਣ ਯੋਗ ਹੈ, ਔਰ ਸਾਡੇ ਕਿਸਾਨ ਭਰਾ ਜਿਹੜੇ ਨੇ ਉਹਨਾਂ ਦਾ ਇਹ ਮੱਕਾ, ਬਿਲਕੁਲ, ਔਰ ਤੁਸੀਂ ਕਿਸਾਨ ਭਰਾਵਾਂ ਲਈ ਮੇਲੇ ਵੀ ਲਗਾਉਂਦੇ ਹੋ, ਉਹਨਾਂ ਦੇ ਖੇਤਾਂ ਤੱਕ ਅਪਰੋਚ ਕਰਦੇ ਹੋ। ਸੋ ਇਸ ਤੋਂ ਇਲਾਵਾ ਖੇਤੀ ਸਾਹਿਤ ਦੇ ਨਾਲ ਸਾਡੇ ਕਿਸਾਨ ਭਰਾ ਹੋਰ ਕਿਸ ਤਰ੍ਹਾਂ ਜੁੜ ਸਕਦੇ ਨੇ, ਔਰ ਕਿਵੇਂ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਕਿ ਉਹ ਤੁਹਾਡੇ ਨਾਲ ਹੋਰ ਜ਼ਿਆਦਾ ਤੋਂ ਜ਼ਿਆਦਾ ਜੁੜਨ? ਇੱਕ ਗੱਲ ਇਹ ਕਿ ਸਾਡਾ ਅੱਧੀ ਸਦੀ ਤੋਂ ਵੱਧ ਦਾ ਸਫ਼ਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ। ਕਿਸਾਨਾਂ ਦਾ ਉਹਦੇ 'ਚ ਭਰੋਸਾ ਹੈ, ਕਿਸਾਨਾਂ ਦਾ ਉਹਦੇ 'ਚ ਵਿਸ਼ਵਾਸ ਹੈ। ਉਸ ਵਿਸ਼ਵਾਸ ਦੇ ਸਦਕੇ ਹੀ ਅਸੀਂ ਖੋਜਾਂ ਨੂੰ ਅਗਲੀਆਂ ਸੇਧਾਂ ਦਿੰਦੇ ਹਾਂ, ਉਹਦੀ ਫੀਡਬੈਕ ਤੋਂ ਅੱਗੇ ਚੱਲਦੇ ਹਾਂ। ਦੁਆਲੇ ਕਿਸਮ ਦਾ ਮਤਲਬ ਇੱਕ ਪ੍ਰਕਿਰਿਆ ਹੈ, ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਉਹ ਸਾਡੇ ਤੋਂ ਸਿੱਖਦੇ ਹੈ। ਮਤਲਬ ਦੋਨਾਂ ਦਾ ਭਰੋਸਾ ਜਦੋਂ ਤੱਕ ਬਣਿਆ ਰਹਿੰਦਾ ਤਾਂ ਅਸੀਂ ਅੱਗੇ ਤੁਰਦੇ ਰਹਿੰਦੇ ਹਾਂ। ਸੋ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜਿਹੜੀ, ਉਹ ਪੰਜਾਬ ਰਾਜ ਦੀ ਦਾ ਇੱਕੋ ਇੱਕ ਅਦਾਰਾ ਹੈ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਸੇਧ ਦਿੰਦਾ, ਸਹੀ ਸੇਧ ਦਿੰਦਾ। ਉਹਦਾ ਆਪਣਾ ਇੱਕ ਇਨਫਰਾਸਟ੍ਰਕਚਰ ਆ, ਉਹਦਾ ਕਰੋੜਾਂ ਦਾ ਇੱਕ ਆਪਣਾ ਢਾਂਚਾ ਹੈ। ਸੋ ਉਹਦੇ 'ਚੋਂ ਉਹ ਲਗਾਤਾਰ 4-4 ਸਾਲ ਇੱਕ ਖੋਜ ਨੂੰ ਕਰਦੇ ਨੇ, ਫਿਰ ਉਸ ਨੂੰ ਕਿੰਨੇ ਤਰ੍ਹਾਂ ਦੀਆਂ ਕਮੇਟੀਆਂ ਨੇ ਜਿਨ੍ਹਾਂ 'ਚੋਂ ਉਹ ਪਾਸ ਹੁੰਦੀਆਂ ਨੇ, ਫਿਰ ਉਹ ਖੇਤਾਂ ਕਿਸਾਨਾਂ ਦੇ ਖੇਤਾਂ 'ਚ ਅਸੀਂ ਉਹਨਾਂ ਨੂੰ ਉਹਨਾਂ ਦੇ ਤਜਰਬੇ ਕਰਦੇ ਹਾਂ। ਜਦੋਂ ਤੱਕ ਅਸੀਂ ਮਤਲਬ ਬਿਲਕੁਲ ਸਾਨੂੰ ਤਸੱਲੀ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਉਹਦੀ ਸਿਫਾਰਿਸ਼ ਨਹੀਂ ਕਰਦੇ। ਸੋ ਮਤਲਬ ਇੱਕ ਬਹੁਤ ਵੱਡੀ ਸਾਧਨਾ ਤੋਂ ਬਾਅਦ ਕੋਈ ਸਿਫਾਰਿਸ਼ ਆ ਉਹ ਸਾਹਮਣੇ ਆਉਂਦੀ ਆ। ਸੋ ਇਹ ਸਿਫਾਰਿਸ਼ਾਂ ਕਿਉਂਕਿ ਸਾਡੇ ਇੱਕ ਵੱਡੇ ਅਮਲ ਦੇ ਵਿੱਚੋਂ, ਵੱਡੇ ਇੱਕ ਪ੍ਰੋਸੈਸ ਦੇ ਵਿੱਚੋਂ ਆਈਆਂ ਹੁੰਦੀਆਂ ਨੇ, ਇਸ ਲਈ ਵਿਸ਼ਵਾਸਯੋਗ ਹੁੰਦੀਆਂ ਨੇ। ਕਿਸਾਨਾਂ ਦਾ ਵਿਸ਼ਵਾਸ ਸਾਡੇ 'ਤੇ ਬਣਿਆ ਵੀ ਹੋਇਆ। ਜਿਹੜੀ ਇੱਕ ਮਤਲਬ ਇਸ ਅਦਾਰੇ ਨਾਲ ਤੁਹਾਡਾ ਜੁੜਨਾ, ਸੋ ਜੇ ਤੁਸੀਂ ਕਿਸਾਨੀ ਨਾਲ ਜੁੜੇ ਹੋਏ ਹੋ ਤਾਂ ਯੂਨੀਵਰਸਿਟੀ ਨੂੰ ਤੁਸੀਂ ਮੱਕੇ ਦੇ ਰੂਪ 'ਚ ਅਪਣਾਇਆ ਹੋਇਆ, ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਵੀ ਲਾਂਭੇ ਜਾਵਾਂਗੇ ਆਪਣੇ ਜਿਹੜਾ ਸਾਡਾ ਸਹੀ ਮਕਸਦ ਆ ਉਸ ਤੋਂ ਪਾਸੇ ਜਾਵਾਂਗੇ, ਇਹ ਕਦੇ ਨਹੀਂ ਹੋਏਗਾ। ਸੋ ਮੈਡਮ ਦੇਖਣ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੀ ਤਕਰੀਬਨ ਬਹੁਤ ਖੇਤੀ ਸਾਹਿਤ ਹੈ, ਬਿਲਕੁਲ ਭਾਂਤ ਭਾਂਤ ਦਾ ਖੇਤੀ ਸਾਹਿਤ ਹੈ, ਜਿਹੜਾ ਕਿ ਸਾਡੇ ਨਾਲ ਇੱਕ ਹੋਰ ਕਿਸਾਨ ਭਰਾ ਜੁੜ ਰਹੇ ਨੇ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਸਵਾਗਤ ਹੈ ਪ੍ਰੋਗਰਾਮ ਵਿੱਚ, ਸਵਾਲ ਕਰੋ ਜੀ। ਹਾਂਜੀ, ਮੈਂ ਹਰਦੀਪ ਸਿੰਘ ਪਿੰਡ ਆਦੇਕਾਰੀ ਤੋਂ ਬੋਲਦਾ ਜੀ। ਹਾਂਜੀ, ਸਵਾਗਤ ਹੈ ਜੀ। ਤੇ ਮਹਾਰਾਜ ਜਿਹੜੀ ਡਾਕਟਰ ਸਾਹਿਬ ਚੰਗੀ ਖੇਤੀ ਦਾ ਜਿਹੜਾ ਤੁਸੀਂ ਸਾਡੇ ਤੱਕ ਲਿਟਰੇਚਰ ਪਹੁੰਚਾਉਂਦੇ ਆ, ਹਾਂਜੀ, ਤੇ ਬਹੁਤ ਚੰਗੀ ਗੱਲ ਆ। ਸਾਨੂੰ ਇਹਦੇ ਵਿੱਚੋਂ ਬੀਜਾਂ ਤੋਂ ਲੈ ਕੇ ਮੱਛਲੀ ਪਾਲਣ ਹੋਣ ਦਿਓ, ਸੂਰ ਪਾਲਣ ਹੋਣ ਦਿਓ, ਜਾਂ ਸੁੰਡੀਆਂ ਦਾ ਹੋਣ ਦਿਓ, ਸਭ ਕੁਛ ਸਾਨੂੰ ਇਹਦੇ ਵਿੱਚੋਂ ਮਿਲਦਾ ਆ। ਹਾਂਜੀ, ਬਾਕੀ ਆਪ ਜੀ ਨੇ ਜੋ ਐਪ ਚਾਲੂ ਕੀਤਾ ਆ ਉਹਦੇ ਵਿੱਚ ਸਾਨੂੰ ਸਮੇਂ ਸਮੇਂ ਸਿਰ ਬਰਸਾਤ ਦਾ ਵੀ ਤੁਸੀਂ ਦੱਸਦੇ ਆ, ਪਾਣੀ ਕਦੋਂ ਲਾਉਣਾ ਕਦੋਂ ਨਹੀਂ ਲਾਉਣਾ, ਇਹ ਬਹੁਤ ਵੱਡੇ ਉਪਰਾਲੇ ਆ ਜੀ। ਇਹ ਪਹਿਲੀ ਵਾਰੀ ਇੱਦਾਂ ਦੇ ਟੌਪਿਕ ਦੇ ਉੱਤੇ ਸਾਨੂੰ ਆਪ ਜੀ ਨੂੰ ਨਮਸਕਾਰ ਕਰਨਾ ਪੈਂਦਾ ਕਿ ਇਹ ਸਾਡੀ ਯੂਨੀਵਰਸਿਟੀ ਦੇ ਡਾਕਟਰਾਂ ਨੇ, ਆਪ ਜੀ ਨੇ ਸਾਡੇ ਵਾਸਤੇ ਇੰਨਾ ਵੱਡਾ ਉਪਰਾਲਾ ਕੀਤਾ ਆ। ਕਿਸਾਨ ਪੜ੍ਹਿਆ ਲਿਖਿਆ ਆ, ਅਸੀਂ ਕੋਟਾਂ ਕੋਟ ਸ਼ੁਕਰਾਨਾ ਕਰਦੇ ਜੀ ਆਪ ਜੀ ਦਾ, ਇਸ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਤੁਹਾਡਾ ਜ਼ਿਆਦਾ ਧੰਨਵਾਦ ਸਰਦਾਰ ਹਰਜੀਤ ਸਿੰਘ ਜੀ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਹੈ ਉਹ ਤੁਹਾਡੇ ਨਾਲ ਕਦਮ ਦੇ ਨਾਲ ਕਦਮ ਚਲਾਉਂਦੀ ਹੈ, ਔਰ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹ ਕੰਮ ਕਰ ਰਹੀ ਹੈ। ਸੋ ਮੈਡਮ, ਆਪਾਂ ਗੱਲ ਕਰ ਰਹੇ ਸੀ ਕਿ ਖੇਤੀ ਸਾਹਿਤ ਜਿਹੜਾ ਉਹ ਬਹੁਤ ਆ ਗਿਆ, ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸਾਂ ਔਰ ਖੇਤੀ ਸਾਹਿਤ,
ਇਹਦੇ ਔਰ ਉਹਦੇ ਵਿੱਚ ਵੇਖਣ ਵਿੱਚ ਵੀ ਆਇਆ ਅਤੇ ਅੰਤਰ ਬਹੁਤ ਜ਼ਿਆਦਾ। ਸੋ ਸਾਡੇ ਕਿਸਾਨ ਭਰਾਵਾਂ ਨੂੰ ਚੁਕੰਨੇ ਹੋ ਕੇ ਅਤੇ ਖੇਤੀ ਸਾਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵਰਤਣ ਦੀ ਬਹੁਤ ਸਖਤ ਜ਼ਰੂਰਤ ਹੈ। ਤੁਹਾਡੇ ਵੱਲੋਂ ਕੀ ਸੁਨੇਹਾ ਸਾਡੇ ਕਿਸਾਨ ਭਰਾਵਾਂ ਨੂੰ ਤੁਸੀਂ ਦਿੰਦੇ ਹੋ ਕਿ ਖੇਤੀ ਸਾਹਿਤ ਅਗਰ ਘਰ ਟੇਬਲ 'ਤੇ ਪਿਆ ਵਾ, ਕੋਈ ਚੰਗੀ ਖੇਤੀ ਪਿਆ ਵਾ, ਤਾਂ ਬੱਚਾ ਪੜ੍ਹੂ, ਬੁੜਾ ਪੜ੍ਹੂ, ਮਾਤਾ ਪੜ੍ਹੂ, ਭੈਣ ਪੜ੍ਹੂ, ਅਤੇ ਮੈਨੂੰ ਲੱਗਦਾ ਵੀ ਸਾਰੇ ਪਰਿਵਾਰ ਵਾਸਤੇ ਹੀ ਉਹ ਚੰਗਾ ਹੋਵੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਡਾਕਟਰ ਸਾਹਿਬ ਗੱਲ ਇਹ ਹੈ ਕਿ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਕਿ ਯੂਨੀਵਰਸਿਟੀ ਇੱਕ ਇਹੋ ਜਿਹਾ ਅਦਾਰਾ ਹੈ ਜਿਹੜਾ ਸਿਰਫ ਇਸੇ ਕੰਮ ਲਈ ਬਣਿਆ। ਉਹਦੀ ਇੱਕ ਸਾਧਨਾ, ਉਹਦੀ ਇੱਕ ਘਾਲਣ ਹੈ, ਉਹਦਾ ਇੱਕ ਸਿਸਟਮ ਹੈ ਜਿਹਦੇ ਵਿੱਚੋਂ ਅਸੀਂ ਜਿਹੜੀਆਂ ਇਹ ਸਿਫਾਰਿਸ਼ਾਂ ਨੇ ਕਿਸਾਨ ਤੱਕ ਪਹੁੰਚਾਉਂਦੇ ਹਾਂ। ਸੋ ਜੇ ਕਿਸਾਨ ਇਹਦੇ 'ਤੇ ਭਰੋਸਾ ਕਰਦਾ ਤਾਂ ਕਰਨਾ ਵੀ ਚਾਹੀਦਾ ਉਸਨੂੰ, ਉਹਦੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ, ਕਿਉਂਕਿ ਕੋਈ ਹੋਰ ਇਹੋ ਜਿਹਾ ਹਾਲੇ ਤੱਕ ਸੰਸਥਾ ਨਹੀਂ ਹੈਗੀ ਜਿਹੜੀ ਉਹਨੂੰ ਖੇਤੀ ਬਾਰੇ ਇਸ ਤਰ੍ਹਾਂ ਦੀ ਦਿਸ਼ਾ ਨਿਰਦੇਸ਼ ਦੇ ਸਕੇ। ਸੋ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ, ਜਿਹੜੀਆਂ ਇਸ ਤਰ੍ਹਾਂ ਦਾ ਸਾਡੀਆਂ ਖੋਜਾਂ ਦੇ ਸਿੱਟੇ ਨੇ, ਉਹ ਅਸੀਂ ਸਾਹਿਤ ਰਾਹੀਂ, ਅਸੀਂ ਸੋਸ਼ਲ ਮੀਡੀਆ ਰਾਹੀਂ, ਅਸੀਂ ਟੈਕਸਟ ਮੈਸੇਜਸ ਰਾਹੀਂ ਲਗਾਤਾਰ ਕਿਸਾਨਾਂ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਅਤੇ ਮੇਰੀ ਬੇਨਤੀ ਇਹ ਹੈ ਕਿ ਜੇ ਤੁਹਾਡਾ ਤੁਸੀਂ ਵਟਸਐਪ ਵਰਤਦੇ ਹੋ ਤਾਂ ਵਟਸਐਪ ਗਰੁੱਪ ਨੇ ਤੁਹਾਡੇ ਬਣੇ ਹੋਏ ਕਿਸਾਨਾਂ ਦੇ, ਪਹਿਲਾਂ ਹੀ ਲੱਖਾਂ ਕਿਸਾਨਾਂ ਨੇ ਗਰੁੱਪ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ। ਜਿਵੇਂ ਕੋਈ ਮਟਰਾਂ ਦੀ ਖੇਤੀ ਕਰਨ ਵਾਲੇ ਨੇ ਉਹਨਾਂ ਦਾ ਇੱਕ ਗਰੁੱਪ ਹੈ, ਆਲੂਆਂ ਦੀ ਖੇਤੀ ਕਰਨ ਵਾਲਿਆਂ ਇੱਕ ਗਰੁੱਪ ਹੈ, ਉਹਨਾਂ ਨੇ ਸਾਡਾ ਇੱਕ ਨੰਬਰ ਆਪਣੇ 'ਚ ਸ਼ਾਮਿਲ ਕਰ ਲਿਆ, 8280 57 707। ਇਸ ਨੰਬਰ ਨੂੰ ਜਦੋਂ ਤੁਸੀਂ ਆਪਣੇ ਉਹਦੇ 'ਚ ਸ਼ਾਮਿਲ ਕਰ ਲਉਂਗੇ ਗਰੁੱਪ 'ਚ, ਤਾਂ ਤੁਹਾਨੂੰ ਹਰ ਜਿਹੜਾ ਬੁੱਧਵਾਰ ਆਉਣ ਵਾਲਾ ਵਟਸਐਪ 'ਤੇ ਈ ਮੈਗਜ਼ੀਨ ਹੈ ਜਿਹਨੂੰ ਅਸੀਂ ਡਿਜੀਟਲ ਅਖਬਾਰ ਕਹਿੰਦੇ ਹਾਂ, ਖੇਤੀ ਸੰਦੇਸ਼ ਤੁਹਾਡੇ ਤੱਕ ਪਹੁੰਚਦਾ ਰਹੇਗਾ। ਤੁਸੀਂ ਆਪਣੇ ਫੋਨ ਦੇ ਵਿੱਚ ਜਿਹੜੀ ਸਾਡੀ ਹੈਗੀ ਆ ਕਿਸਾਨ ਐਪ, ਉਹ ਜ਼ਰੂਰ ਡਾਊਨਲੋਡ ਕਰੋ। ਯੂਨੀਵਰਸਿਟੀ ਦੀ ਵੈਬਸਾਈਟ ਵੀ ਜ਼ਰੂਰ ਦੇਖ ਲਿਆ ਕਰੋ। ਬੱਚੇ ਹੁਣ ਸਾਡੇ ਤਕਨੀਕ ਨਾਲ ਜੁੜੇ ਹੋਏ ਨੇ, ਉਹਦੇ ਨਾਲ ਸਾਡੀ ਪਿਛਲੀ ਪੀੜ੍ਹੀ ਵੀ ਹੈ, ਨਾਲ ਨਾਲ ਜੁੜ ਰਹੀ ਹੈ। ਸੋ ਅਸੀਂ ਇਸ ਗੱਲ ਦਾ ਲਾਹਾ ਉਠਾ ਸਕਦੇ ਹਾਂ, ਇਹਦਾ ਫਾਇਦਾ ਉਠਾ ਸਕਦੇ ਹਾਂ। ਸੋ ਉਹਨਾਂ ਦੇ ਫੋਨ ਦੇ ਵਿੱਚ ਇਹ ਜਿਹੜੇ ਹੈਗੇ ਨੇ, ਜਿਹੜੀ ਐਪ ਹੈਗੀ ਆ, ਪੋਰਟਲ ਹੈ, ਵੈਬਸਾਈਟ ਹੈ, PAU ਦੀ PAU ਦਾ ਫੇਸਬੁੱਕ ਪੇਜ ਹੈ, ਇਹਨਾਂ ਸਾਰਿਆਂ ਨੂੰ ਜ਼ਰੂਰ ਦੇਖਦੇ ਰਿਹਾ ਕਰੋ, ਲਾਈਕ ਕਰ ਦਿਓ। ਉਹ ਫਿਰ ਆਟੋਮੈਟਿਕਲੀ ਤੁਹਾਡੀ ਨਿਊਜ਼ ਫੀਡ 'ਚੋਂ ਤੁਹਾਨੂੰ ਦਿਖਦਾ ਰਹਿੰਦਾ, ਅਤੇ ਹਰ ਰੋਜ਼ ਦੀ ਜਿਹੜੀ ਖਬਰ ਹੈ, ਗਤੀਵਿਧੀ ਆ, ਆਉਣ ਵਾਲੀ ਟ੍ਰੇਨਿੰਗ ਆ, ਮੌਸਮ ਕਿਹੋ ਜਿਹਾ ਹੋਊਗਾ, ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਹਰ ਰੋਜ਼ ਹਰ ਪਲ ਪਹੁੰਚਦੀ ਰਹੇਗੀ। ਸੋ ਮੈਡਮ, ਜਿਵੇਂ ਖੇਤੀ ਸਾਹਿਤ ਦੀ ਆਪਾਂ ਗੱਲ ਕੀਤੀ ਹੈ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਕਿਸਾਨ ਦੇ ਕੋਲ ਜਲਦੀ ਤੋਂ ਜਲਦੀ ਪਹੁੰਚ ਜਾਵੇ। ਸੋ ਦੇਖਣ 'ਚ ਆਇਆ ਕਿ ਦੇਖਣ 'ਚ ਵੀ ਆਇਆ, ਇੱਕ ਆਮ ਧਾਰਨਾ ਵੀ ਆ ਕਿ ਸਾਡਾ ਕਿਸਾਨ ਭਰਾ ਜਿਹੜਾ ਉਹ ਹਿਸਾਬ ਕਿਤਾਬ ਤਾਂ ਰੱਖਦਾ ਹੀ ਨਹੀਂ ਗਾ ਵੀ ਕਿੰਨੇ ਆਏ ਅਤੇ ਕਿੰਨੇ ਗਏ। ਕੀ ਇਹਦੇ ਬਾਰੇ ਵੀ ਕੋਈ ਤੁਸੀਂ ਕਿਤਾਬ ਬਣਾ ਦਿਓ ਕਿ ਉਹ ਆਪ ਦਾ ਨਿੱਕੀ ਨਿੱਕੀ ਚੀਜ਼ ਲਿਖੀ ਜਾਵੇ, ਜੇ ਜਿਹਦੇ ਕੋਲ ਪੈਸੇ ਲੈਣ ਜਾਂਦਾ ਦੇਖੋ ਮੰਡੀ 'ਚ ਆਪਣੀ ਫਸਲ ਲੈ ਕੇ ਜਾਂਦਾ ਅਤੇ ਉੱਥੇ ਝੱਟ ਲਾਲਾ ਜੀ ਹਿਸਾਬ ਕਿਤਾਬ ਲਿਖਣਾ ਸ਼ੁਰੂ ਕਰ ਦਿੰਦੇ ਨੇ। ਕੋਈ ਇਹਨਾਂ ਨੂੰ ਵੀ ਆਪਾਂ ਇਹੋ ਜਿਹੇ ਬਣਾਈਏ ਕਿ ਆਪਣਾ ਹਿਸਾਬ ਕਿਤਾਬ ਲਿਖਣ ਕੇ ਮੇਰਾ ਫਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਇੱਕ ਖੇਤ ਦੇ ਵਿੱਚ ਕਿੰਨੇ ਪੈਸੇ ਲੱਗੇ ਅਤੇ ਕਿੰਨੇ ਮੈਨੂੰ ਵਾਪਸ ਆਏ। ਸੋ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ, ਕਿਉਂਕਿ ਐਡਾ ਵੱਡਾ ਅਦਾਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਦੀ ਸੇਵਾ 'ਚ ਲੱਗਾ, ਜੇ ਇਹ ਵੀ ਸੇਵਾ ਹੋ ਜਾਵੇ ਤਾਂ ਬਹੁਤ ਵਧੀਆ ਹੋਵੇ। ਡਾਕਟਰ ਸਾਹਿਬ, ਬਿਲਕੁਲ ਸਹਿਮਤ ਕਿ ਕਿਸੇ ਵੇਲੇ ਸਾਡੇ ਕਿਸਾਨ ਵੀਰ ਇਸ ਗੱਲ ਦੀ ਬਹੁਤ ਹੀ ਪਰਵਾਹ ਨਹੀਂ ਸੀ ਕਰਦੇ ਕਿ ਮੁਨਾਫਾ ਕਿੰਨਾ ਹੋਇਆ, ਬਹੁਤ ਖੁੱਲ੍ਹਾ ਚੱਲਦਾ ਸੀਗਾ। ਪਰ ਹੁਣ ਸਾਡਾ ਕਿਸਾਨ ਹੋਰ ਸਿਆਣਾ ਹੋਇਆ, ਮੁਨਾਫੇ ਦੀ ਖੇਤੀ ਦਾ ਜ਼ਮਾਨਾ ਹੈ ਕਿ ਸਾਨੂੰ ਸੋਚਣਾ ਪੈ ਰਿਹਾ ਕਿ ਜੇ ਮੈਂ ਇੰਨਾ ਕੁ ਕੰਮ ਕੀਤਾ 6 ਮਹੀਨੇ ਤਾਂ ਇਹਦੇ ਵਿੱਚੋਂ ਮੈਨੂੰ ਸ਼ੁੱਧ ਮੁਨਾਫਾ ਕਿੰਨਾ ਹੋਇਆ, ਮੇਰੇ ਖਰਚੇ ਕਿੰਨੇ ਹੋਏ ਨੇ। ਸੋ ਕਿਸਾਨ ਨੇ ਆਪਣੀ ਵਿਉਂਤਬੰਦੀ ਕਰਨੀ ਸ਼ੁਰੂ ਕਰਤੀ ਹੈ। ਉਹਨਾਂ ਦੀ ਫੀਡਬੈਕ ਅਨੁਸਾਰ ਹੀ ਯੂਨੀਵਰਸਿਟੀ ਨੇ ਫਿਰ ਜਿਹੜਾ ਖੇਤੀ ਦਾ ਵਹੀ ਖਾਤਾ ਤਿਆਰ ਕੀਤਾ, ਉਹਦੇ ਵਿੱਚ ਬਿਲਕੁਲ ਹਾਂਜੀ, ਉਹਦੇ ਵਿੱਚ ਇਹ ਹੈ ਕਿ ਤੁਹਾਡੀ ਬਿਜਾਈ ਦੀ ਤਿਆਰੀ ਤੋਂ ਪਹਿਲਾਂ ਦੇ ਖਰਚੇ ਸ਼ੁਰੂ ਹੋ ਜਾਂਦੇ ਨੇ। ਕਿਸਾਨ ਦੀ ਸਿਆਣਪਤਾ ਇਸ ਹੱਦ ਤੱਕ ਹੈ ਕਿ ਉਹਦੇ ਵਿੱਚ ਬਿਜਲੀ ਅਤੇ ਪਾਣੀ ਦਾ ਖਰਚਾ ਵੀ ਮਤਲਬ ਰੱਖਦਾ ਕਿ ਹਾਂ ਕਿਤੇ ਇਹ ਨਾ ਹੋਵੇ ਉਹਨੂੰ ਗਿਣਿਆ ਹੀ ਨਾ ਜਾਵੇ, ਕਿਉਂਕਿ ਉਹਦੇ ਲਈ ਸ਼ਾਇਦ ਉਹਨੂੰ ਲੱਗਦਾ ਕਿ ਇੱਥੇ ਮੇਰਾ ਖਰਚਾ ਨਹੀਂ ਹੋਇਆ। ਪਰ ਹੁਣ ਕਿਸਾਨ ਸ਼ੁੱਧ ਮੁਨਾਫੇ ਵੱਲ ਤੁਰ ਰਿਹਾ, ਸੋਚ ਰਿਹਾ ਅਤੇ ਵਹੀ ਖਾਤਾ ਲੈ ਕੇ ਜਾਂਦਾ ਆਪਣੇ ਹਰ ਫਸਲ ਦੇ, ਪੂਰੀ ਫਸਲ ਦਾ ਬੀਜ ਖਰੀਦਣ ਤੋਂ ਲੈ ਕੇ, ਖਾਦ ਖਰੀਦਣ ਤੋਂ ਲੈ ਕੇ, ਕਟਾਈ ਵਢਾਈ ਦੀ ਬਾਅਦ ਤੋਂ ਬਾਅਦ ਮੰਡੀ ਕਰਨ ਤੱਕ ਦੇ ਉਹ ਨਿੱਕੇ ਨਿੱਕੇ ਖਰਚਿਆਂ ਦਾ ਅਸੀਂ ਜਿਹੜੇ ਕੋਲਮ ਬਣਾਏ ਹੋਏ ਨੇ ਜਿਹਦੇ 'ਚ ਉਹ ਭਰਦਾ ਕਿੰਨੀਆਂ ਸਿੰਚਾਈਆਂ ਕੀਤੀਆਂ, ਕਿੰਨੇ ਪਾਣੀ ਦਿੱਤੇ, ਹਰ ਤਰ੍ਹਾਂ ਦਾ ਵੇਰਵਾ ਹੈ ਜਿਹਦੇ 'ਚ ਉਹਨੇ ਸਿਰਫ ਪੈਨ ਨਾਲ ਫਿਲ ਕਰਨੇ ਆ, ਪੈਨ ਨਾਲ ਭਰਨੇ ਨੇ। ਸੋ ਇਸ ਤਰ੍ਹਾਂ ਉਹ ਕਰ ਵੀ ਰਿਹਾ, ਆਪਣੇ ਕੋਲ ਵਹੀ ਖਾਤਾ ਤਿਆਰ ਹੈ, ਜਦੋਂ ਵੀ ਕਿਸਾਨ ਵੀਰ ਮੇਲਿਆਂ 'ਤੇ ਆਉਣ, ਖੇਤੀ ਦਿਵਸ 'ਤੇ ਆਉਣ, ਉਹਦੀ ਮੰਗ ਜ਼ਰੂਰ ਕਰਨ ਸਾਡੇ ਖੇਤੀ ਸਟਾਲ ਤੋਂ।
ਸੋ ਮੈਡਮ ਆਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਕਿ ਬਣਿਆ ਬਣਾਤਾ ਵਹੀ ਖਾਤਾ ਮਿਲ ਗਿਆ, ਉਹਦੇ ਵਿੱਚ ਬਸ ਲਿਖਣਾ ਹੀ ਆ ਕਿੰਨਾ ਖਰਚਾ ਮੇਰਾ ਹੋਇਆ ਅਤੇ ਕਿੰਨਾ ਪੈਸੇ ਮੈਨੂੰ ਆਏ, ਅਤੇ ਅਖੀਰ 'ਤੇ ਹਿਸਾਬ ਕਿਤਾਬ ਕਰ ਲਏਗਾ ਵੀ ਪੱਲੇ ਕੁਛ ਪਿਆ ਜਾਂ ਕੁਛ ਪੱਲੇ ਨਹੀਂ ਪਿਆ। ਅਤੇ ਮੈਨੂੰ ਲੱਗਦਾ ਕਿ ਕਿਸਾਨ ਇਹਦੇ ਵਿੱਚੋਂ ਖੇਤੀ ਖਰਚਾ ਜਿਹੜਾ ਉਹਨੂੰ ਘਟਾ ਸਕਦਾ ਅਤੇ ਮੁਨਾਫਾ ਜਿਹੜਾ ਉਹ ਵਧਾ ਸਕਦਾ। ਸੋ ਕਿਸਾਨ ਭਰਾਵੋ, ਤੁਸੀਂ ਇੱਕ ਬਹੁਤ ਅਹਿਮ ਵਿਸ਼ੇ 'ਤੇ ਗੱਲਬਾਤ ਸੁਣੀ ਹੈ ਔਰ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਦੇ 'ਤੇ ਪਹਿਰਾ ਦਿਓਗੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਕੀਤੀਆਂ ਸਿਫਾਰਸ਼ਾਂ ਜਿਹੜੀਆਂ ਆਪਣੇ ਖੇਤਾਂ ਵਿੱਚ ਲਾਗੂ ਕਰਕੇ ਖੇਤੀ ਸਾਹਿਤ ਨੂੰ ਪੜ੍ਹ ਕੇ ਅਤੇ ਖਰਚਾ ਘਟਾ ਕੇ ਵੱਧ ਮੁਨਾਫਾ ਜਿਹੜਾ ਉਹ ਕਮਾ ਸਕਦੇ। ਸੋ ਡਾਕਟਰ ਮੈਡਮ ਜਗਦੀਸ਼ ਕੌਰ ਜੀ, ਤੁਹਾਡਾ ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ।